ਅੰਦਰੋਂ ਸਾਰਾ ਇਹਦਾ ਵਾਇਰ ਸਿਸਟਮ ਹੋ ਗਿਆ। ਹਾਂਜੀ, ਇਹ ਹੁਣ ਅੱਗੇ ਜਾ ਕੇ ਜਿਵੇਂ ਤੁਸੀਂ ਦੱਸਿਆ ਸੀਗਾ ਮੈਨੂੰ ਵੀ ਉੱਥੇ ਬਿਜਲੀ ਵਾਲੀ ਮੋਟਰ ਲੱਗੀ ਆ। ਹਾਂਜੀ, ਇਹ ਹੁਣ ਇਹ ਮਤਲਬ ਸੂਰਜ ਤੋਂ ਗਾਂਹ ਜਾ ਕੇ ਬਿਜਲੀ ਕਿਵੇਂ ਪ੍ਰੋਵਾਈਡ ਕਰਦੀ, ਉਹ ਫਿਰ ਕਿਹੜਾ ਯੰਤਰ ਲਾਉਂਦੇ ਆ ਜੀ ਆਪਾਂ? ਉਹਦੇ ਵਿੱਚ ਕੀ ਹੁੰਦਾ ਜਿਵੇਂ ਇਹ ਪੈਨਲ ਹੈ, ਇਹ ਡੀਸੀ ਵੋਲਟੇਜ ਕੱਢਦੇ ਨੇ। ਹਾਂ, ਇਹ ਤਾਂ ਡੀਸੀ ਆ ਗਿਆ, ਇਹ ਡੀਸੀ ਆ ਗਿਆ, ਜਿਵੇਂ ਆ ਮੈਂਸ ਪਲੱਸ ਆ ਗਿਆ ਨਾ, ਦੋ ਤਾਰਾਂ ਜਾਂਦੀਆਂ। ਫਿਰ ਮੈਂ ਅੰਦਰ ਤੁਹਾਨੂੰ ਦਿਖਾਉਣਾ ਜਿਹੜਾ ਸਟਾਰਟਰ, ਆਪਾਂ ਪੰਜਾਬੀ ਚ ਕਹਿੰਦੇ ਸਟਾਰਟਰ, ਤੁਹਾਨੂੰ ਡਰਾਈਵ ਬੋਲਦੇ ਆ ਅੰਗਰੇਜ਼ੀ, ਹਨਾ, ਜੋ ਇਹਨਾਂ ਦੀ ਪਰਿਭਾਸ਼ਾ ਲੋਕਾਂ ਦੇ ਸਵਾਲ ਨੇ ਤੇ ਪਿਛਲੇ ਸਾਲਾਂ ਦੇ ਵਿੱਚ ਬਹੁਤ ਪੈਨਲ ਚੋਰੀ ਹੋਏ ਆ ਜਿਹੜੇ ਕਲੱਬ ਲੱਗੇ ਹੁੰਦੇ ਨੇ, ਦਿਖਾ ਦਿਓ। ਜਿਹੜੇ ਕਲੰਪ ਲੱਗੇ ਹੁੰਦੇ ਨੇ, ਧੁਰ ਤੱਕ ਕਲੰਪ ਲੱਗਦੇ ਆ, ਹਰੇਕ ਪੈਨਲ ਨੂੰ ਨੱਪਣ ਵਾਸਤੇ ਕਲੰਪ ਲੱਗਦੇ ਆ, ਇਹਨੂੰ ਥੱਲੋਂ ਬੈਲਟ ਹੋ ਜਾਂਦਾ ਇੱਥੋਂ। ਇਹ ਜੀ ਇਸ ਜਗ੍ਹਾ ਤੋਂ ਜਨਰੇਟਰ ਲਿਆ ਕੇ ਜੋ ਤੁਸੀਂ ਲਾਉਣੇ ਆ ਤਾਂ ਥੱਲੋਂ ਬੈਲਟ ਕਰ ਦਿਓ ਤੇ ਇੱਥੋਂ ਬੈਲਟ ਕਰ ਦਿਓ ਜੀ। ਇਹ ਧੁਰ ਤੱਕ ਜਿੰਨੇ ਵੀ ਲੱਗੇ ਨੇ ਥੱਲੋਂ ਬੈਲਟ ਕਰਦੇ ਜਾਓ, ਮਤਲਬ ਹੀ ਨਹੀਂ ਕਿ ਪੈਨਲ ਥੋੜਾ ਹਿੱਲ ਜੂਗਾ ਕਿਸੇ ਪਾਸੇ। ਆਹ ਦੇਖੋ ਦਰਸ਼ਕ ਵੀਰੋ, ਵੀ ਆਪਾਂ ਜਿਹੜੀ ਜਾਣਕਾਰੀ ਬਾਈ ਜੀ ਤੋਂ ਲੈ ਰਹੇ ਸੀ ਇੱਕ ਦਫ਼ਤਰ ਦੇ ਵਿੱਚ ਬਹਿ ਕੇ, ਉਹ ਥਰੈਟੀਕਲੀ ਸੀ, ਅਤੇ ਜਿਹੜੀ ਜਾਣਕਾਰੀ ਆਪਾਂ ਨੂੰ ਹੁਣ ਮਿਲਣੀ ਆ ਇਹ ਮਿਲਦੀ ਆ ਪ੍ਰੈਕਟੀਕਲੀ। ਆਹ ਚੱਲ ਰਹੀ ਆ ਸੋਲਰ ਮੋਟਰ, ਇੱਧਰ ਮੈਂ ਆਹ ਦਿਖਾ ਦਿਓ ਜੀ, ਆਪਾਂ ਫਿਰ ਬਾਈ ਜੀ ਤੋਂ ਜਾਣਕਾਰੀ ਲਵਾਂਗੇ। ਬਾਈ ਪਾਣੀ ਮਾਰੀ ਜਾਂਦਾ ਬਾਈ, ਇਹ ਕਿਵੇਂ ਠੰਡੇ ਠੁੰਡੇ ਕਰਨੇ ਪੈਂਦੇ ਆ ਜੀ? ਸਾਫ ਕਰਨਾ ਜਿਵੇਂ ਮਰਜ਼ੀ ਪਾਣੀ ਮਾਰ ਦਿਓ ਤੇ ਲਾਈਫ ਚੱਲੀ ਜਾਂਦੀ, ਤੇ ਕੋਈ ਪ੍ਰੋਬਲਮ ਨਹੀਂ। ਲੋਕ ਕਹਿੰਦੇ ਕਰੰਟ ਆ ਜੂ ਜੀ, ਐਂ ਕੋਈ ਦਿੱਕਤ ਨਹੀਂ ਆਉਂਦੀ। ਅੱਛਾ, ਜਿਵੇਂ ਹੁਣ ਇਹ ਮਤਲਬ ਮੋਟਰ ਚੱਲੀ ਜਾਂਦੀ ਆ, ਸਾਫ ਰੱਖੋ ਆਈ, ਜਿਵੇਂ ਜਿਵੇਂ ਸਾਫ ਹੋਈ ਉਵੇਂ ਪਾਣੀ ਵੱਧਦਾ ਜਾਂਦਾ। ਦੇਖੋ ਅੱਛਾ, ਪਾਣੀ ਇਹਦੀ ਸਫਾਈ ਵਾਸਤੇ ਮਾਰਨਾ ਪੈਂਦਾ, ਜ਼ਰੂਰੀ ਇਹਨੂੰ ਸਫਾਈ, ਜਿੰਨਾ ਇਹਦਾ ਧਿਆਨ ਰੱਖੋਗੇ, ਸਫਾਈ ਰੱਖੋਗੇ, ਓਨਾ ਜ਼ਿਆਦਾ ਪਾਣੀ ਕੱਢੂਗੀ ਮੋਟਰ। ਕਿਉਂਕਿ ਜੇ ਧੂੜ ਮਿੱਟੀ ਜ਼ਿਆਦਾ ਜੰਮੀ ਹੈ ਇਸ 'ਤੇ ਤਾਂ ਪਾਣੀ ਦੀ ਕੋਈ ਗਰੰਟੀ ਨਹੀਂ ਲੈਂਦੇ ਅਸੀਂ। ਡੂੰਘਾ ਕਿੰਨਾ ਬਾਈ? ਇਹ ਡੂੰਘਾ ਹੈਗਾ 28 ਫੁੱਟ ਖੂਹ ਹੋਣਾ ਤੇ 35 ਤੋਂ 38 ਫੁੱਟ ਤੇ ਪਾਣੀ, ਯਾਨੀ 35 ਫੁੱਟ ਪਾਣੀ ਤੇ 35-36 ਫੁੱਟ ਦੇ ਪਾਣੀ ਹੈ, 28 ਫੁੱਟ ਦੇ 26-27-28 ਫੁੱਟ ਦੇ ਖੂਹ ਹੈਗੇ, ਯਾਨੀ 4 ਇੰਚੀ ਫੁੱਲ ਪ੍ਰੈਸ਼ਰ ਦਾ ਜਿਵੇਂ ਸਲੋ ਸਪੀਡ ਮੋਟਰ ਵੱਜਦੀ 1440 ਚੱਕਰ ਉਹੀ ਕਾਮਯਾਬ ਹੁੰਦੀ ਹੈ, ਅਤੇ 5 ਤੋਂ 8 ਵੀ ਹੁੰਦੀ ਹੈ। ਠੀਕ ਹੈ, ਇਹ 18 ਪੈਨਲ ਲਾਏ ਗਏ ਆ ਇਸ ਮੋਟਰ ਦੇ, 18 ਦੇ ਇਹ ਤਾਂ ਲਾਏ ਗਏ ਕਿ ਡੂੰਘਾ ਪਾਣੀ ਹੈ, ਇੱਥੇ ਮੋਟਰ ਫਿਰ ਸਲੋ ਸਪੀਡ ਹੁੰਦੀ ਆ, ਮੋਟਰ ਰੱਖੀ ਜਾਂਦੀ ਹੈ ਇੱਥੇ, ਮੋਟਰ ਆਪਣੀ ਬਿਜਲੀ ਵਾਲੀ, ਤਾਂ ਕਰਕੇ ਫਿਰ 2 ਪੈਨਲ ਇੱਥੇ ਐਕਸਟਰਾ ਵਧਾਉਣੇ। ਤੇ ਵੈਸੇ ਬਾਈ 5 ਦੀ ਮੋਟਰ ਨੂੰ ਆਪਾਂ 15 ਪੈਨਲ ਹੀ ਲਾਉਂਦੇ ਹਾਂ? ਆਮ ਵੈਸੇ 15 ਲੱਗਦੇ, ਜਿਹੜੀ ਸੋਲਰ ਵਾਲੀ ਮੋਟਰ ਹੁੰਦੀ ਉਹ 15 ਦੇ ਚੱਲ ਪੈਂਦੀ, 15 ਦੇ ਇਹ ਬਿਜਲੀ ਵਾਲੀ ਮੋਟਰ ਹੈ, ਤਾਂ ਕਰਕੇ ਇੱਕ ਡੂੰਘਾ ਪਾਣੀ ਖਿੱਚਦੀ ਹੈ, ਤਾਂ ਇੱਥੇ 2 ਪੈਨਲ ਐਕਸਟਰਾ ਵਧਾਉਣੇ ਪਏ ਆ। ਯਾਨੀ ਕਿ ਆਪਣੇ ਪੈਨਲ ਇਹੀ ਲੱਗਦੇ ਆ, ਬਿਲਕੁਲ ਮੋਟਰ ਬਿਜਲੀ ਵਾਲੀ ਵੀ ਲਾ ਸਕਦੇ ਆ, ਬਿਲਕੁਲ ਸੋਲਰ ਵਾਲੀ ਵੀ ਲਾ ਸਕਦੇ, ਉਹਦਾ ਕੋਈ ਫਰਕ ਨਹੀਂ। ਉਹ 'ਚ ਫਰਕ ਹੈ ਮੋਟਰ 'ਚ ਇੰਨਾ ਕਿ ਜਿਹੜੀ ਬਿਜਲੀ ਵਾਲੀ ਉਹ 415 ਵੋਲਟੇਜ ਹੁੰਦੀ ਹੈ, ਆਪਣੇ ਵਾਲੀ 220 ਹੁੰਦੀ ਹੈ, ਅਤੇ 380 ਹੁੰਦੀ ਹੈ, ਬਸ ਇੰਨਾ ਫਰਕ ਹੈ। ਠੀਕ ਹੈ ਜੀ, ਅਤੇ ਇਹ ਬਾਈ ਜਿਹੜੇ ਪੈਨਲ ਆ ਜੀ,
ਇਹ ਮਤਲਬ ਅਸੀਂ ਵੇਖੇ ਆ ਵੀ ਜਿਹੜੀ ਸਾਨੂੰ ਜਿੰਨੀ ਮੋਟੀ ਜਿਹੀ ਜਾਣਕਾਰੀ ਆ, ਹਾਂਜੀ ਹਾਂਜੀ, ਵੀ ਆਪਾਂ ਵੇਖਦੇ ਹਾਂ ਵੀ ਰੰਗ ਤਾਂ ਸਾਰਿਆਂ ਦਾ ਇੱਕੋ ਜਿਹਾ ਹੀ ਹੁੰਦਾ ਹੈ, ਬਿਲਕੁਲ ਸੇਮ। ਇਹਨਾਂ ਦੇ ਅੰਦਰੋਂ ਕੁਆਲਿਟੀ ਦੇ ਵਿੱਚ ਕੀ ਫਰਕ ਹੁੰਦਾ ਜਾਂ ਇਹਨਾਂ ਦੀਆਂ ਕੰਪਨੀਆਂ ਦੇ ਵਾਈਜ਼ ਕੋਈ ਫਰਕ ਹੁੰਦਾ ਕਿ ਕੋਈ ਫਰਕ ਨਹੀਂ ਹੁੰਦਾ ਜੀ? ਅਸਲ ਦੇ ਵਿੱਚ ਨਾ ਇਹ ਆਪਣੇ ਮਾਈਂਡਸੈਟ ਹੈ, ਠੀਕ ਹੈ ਜੀ, ਦਿਲ ਦੀ ਤਾਪਨਾ। ਹੁਣ ਜਿਵੇਂ ਆਪਣੇ ਤੁਸੀਂ ਮੋਟਰ ਲਵਾਉਣ ਆ ਗਏ ਜੀ, ਤਾਂ ਅਸੀਂ ਤੁਹਾਨੂੰ ਚੰਗੀ ਚੀਜ਼ ਦੇਵਾਂਗੇ, ਮਾੜੀ ਕਿਉਂ ਦੇਵਾਂਗੇ? ਬਿਲਕੁਲ, ਆਪਾਂ ਜੇ ਚੰਗੀ ਚੀਜ਼ ਲਾਈ ਹੈ, ਉਹਨਾਂ ਮੋਟਰ ਜੇ ਚੰਗੀ ਲਾਈ ਤਾਂ ਪਾਣੀ ਫੁੱਲ ਮਾਰੀ ਇਹਦੀ ਪ੍ਰੈਸ਼ਰ, ਬਿਲਕੁਲ ਬਿਲਕੁਲ, ਜੇ ਮਾੜੀ ਚੀਜ਼ ਲਾਵਾਂਗੇ ਤਾਂ ਆਪਣੇ ਕੋਲੋਂ ਗਾਹਕ ਕਿਵੇਂ ਆਊਗਾ? ਤੇ ਸ਼ਾਇਦ ਲੋਕਾਂ ਨੇ ਮਾਇੰਡ ਹੁੰਦੇ ਮਾੜੀ ਚੀਜ਼ ਲੱਗ ਗਈ, ਅਸੀਂ ਮਾੜੀ ਨਾ ਲਾ ਦੇ, ਕੋਈ ਐਂ ਨਾ ਲਾ ਦੇ। ਕੋਈ ਆਪਦੇ ਘਰ ਨੂੰ ਮਾੜਾ ਨਹੀਂ ਹੁੰਦਾ, ਚੰਗਾ ਹੀ ਕਰਦਾ ਹੁੰਦਾ। ਜੇ ਕੋਈ ਬਿਜ਼ਨਸ ਕਰਦਾ ਤਾਂ ਉਹਨੂੰ ਉਹ ਚੰਗੀ ਚੀਜ਼ ਦੇਊਗਾ ਲੋਕਾਂ ਨੂੰ, ਤਾਂ ਉਹਦੇ ਕੋਲ ਲੋਕ ਆਉਣਗੇ। ਬਿਲਕੁਲ, ਜੇ ਮਾੜੀ ਚੀਜ਼ ਲਾ ਦੀ ਤਾਂ ਪਹਿਲੇ ਸਾਲ ਮਾੜੀ ਲਾ ਦੀ, ਦੂਜੇ ਸਾਲ ਤੁਹਾਡੇ ਕੋਲ ਕੌਣ ਆਊਗਾ ਵਾਧੂ ਦੀਆਂ ਗਾਲਾਂ? ਨਾਲੇ ਬਾਈ ਇਸ ਗੱਲ 'ਚ ਕੋਈ ਭੁਲੇਖਾ ਨਹੀਂ, ਬਿਲਕੁਲ ਜੀ, ਵੀ ਅੱਜ ਕੱਲ੍ਹ ਹਰੇਕ ਬੰਦਾ, ਕਿਉਂਕਿ ਮੀਡੀਆ ਦਾ ਜ਼ਮਾਨਾ, ਹਰੇਕ ਬੰਦਾ ਜਾਗਰੂਕ ਹੈ, ਹਰੇਕ ਘਰੇ ਬੱਚੇ ਪੜ੍ਹੇ ਲਿਖੇ ਆ। ਮਿੰਟ 'ਚ ਤੁਸੀਂ ਨਾ ਲਾਓਗੇ ਨਾ, ਮੇਰੇ ਸਾਹਮਣੇ ਬੈਠੇ ਹੋ ਕੀ ਕਰਦੇ, ਮੈਂ ਕਹਿੰਦਾ ਵੀ ਪਲਾਨਾ ਭੈਣ ਲਾਵਾਂਗੇ, ਉਹਦੀ ਸਰਚ ਮਾਰ ਦਿੰਦੇ ਆ, ਆਹ ਲਾਓਗੇ ਜੀ, ਹਾਂ ਬਈ ਲਾਵਾਂਗੇ। ਕਿਸੇ ਤੋਂ ਕੁਛ ਲੁਕੋ ਨਹੀਂ ਹੁੰਦਾ ਵੀ ਕੋਈ ਚੰਗਾ ਮਾੜਾ, ਹਾਂ ਕੰਪਨੀਆਂ ਦਾ ਜ਼ਰੂਰ ਫਰਕ ਆ, ਜਿਵੇਂ ਬ੍ਰਾਂਡ ਹੈ ਲੁਕੀ ਹੈ, ਇਹ ਕੁਦਰਤੀ ਪਿੱਛੇ ਤੋਂ ਮਹਿੰਗਾ ਬ੍ਰਾਂਡ ਆ, ਇਹਨਾਂ ਨੂੰ ਮਹਿੰਗਾ ਹੁੰਦਾ, ਉਸ ਤੋਂ ਚੰਗੇ ਬ੍ਰਾਂਡ ਵੀ ਪਏ ਨੇ, ਉਸ ਤੋਂ ਮਹਿੰਗੇ ਵੀ ਪਏ ਨੇ। ਤਾਂ ਜਿਹੜੇ ਆਮ ਬ੍ਰਾਂਡ ਚੱਲਦੇ ਆ ਉਹ ਬਸ ਇੰਨਾ ਕਿ ਆਪਣੇ ਪੰਜਾਬ ਦੇ ਵਿੱਚ ਉਹ ਘੱਟ ਵਰਤੇ ਜਾਂਦੇ ਆ, ਜਿਵੇਂ ਬੰਬੇ ਬੁੰਬੇ ਵਾਲੀ ਸਾਈਡ, ਰਾਜਸਥਾਨ, ਯੂਪੀ, ਬਿਹਾਰ ਇੱਧਰ ਚੱਲਦੇ ਆ, ਆਪਣੇ ਨਵੇਂ ਆ, ਆਪਣੇ ਸਿਰਫ ਲੁੱਬੀ ਨੂੰ ਜ਼ਿਆਦਾ ਲੋਕ ਤਰਜੀਹ ਦਿੰਦੇ ਆ। ਤਾਂ ਆਪਾਂ ਬ੍ਰਾਂਡ ਨੂੰ ਮਾੜਾ ਨਹੀਂ ਕਹਿੰਦੇ ਵੀ ਲੁੱਬੀ ਮਾੜਾ, ਪਰ ਇਹ ਤੋਂ ਵੀ ਚੰਗੇ, ਲੁੱਬੀ ਤੋਂ ਵੀ ਚੰਗੇ ਜਿਹੜੇ ਆਮ ਬ੍ਰਾਂਡ ਉਹ ਇੱਧਰ ਵੀ ਚੰਗੇ ਪਏ ਆ ਪਿੰਡ। ਆਪਾਂ ਬਾਈ ਜਿਹੜਾ ਪੈਕੇਜ ਦਿੰਦੇ ਹਾਂ ਜੀ, ਪੰਜ ਦੀ ਮੋਟਰ ਆ ਜਿਹੜੀ ਆਪਣੀ, ਬਿਲਕੁਲ, ਉਹਦਾ ਕੀ ਪੈਕੇਜ ਦੱਸਿਆ ਸੀ? ਜਿਹੜਾ ਪੰਜ ਦੀ ਮੋਟਰ ਦਾ ਹੈਗਾ ਜੀ, ਉਹ ਹੈਗਾ ਜੇ ਲੁੱਬੀ ਦੇ ਵਿੱਚ ਤੁਸੀਂ ਪੈਨਲ ਲੈਣੇ, ਕਿਉਂਕਿ ਹੁਣ ਜਿਹੜੇ ਰੇਟ ਨੇ 2022 ਦੇ ਵਿੱਚ ਜਿਹੜੇ ਰੇਟ ਨੇ ਉਹ ਬਹੁਤ ਜ਼ਿਆਦਾ, 4-5 ਰੁਪਏ ਵਾਟ ਮਗਰ ਵੱਧ ਗਿਆ। ਹੁਣ ਜਿਹੜਾ ਸਾਡਾ ਰੇਟ ਆ ਉਹ 2,30,000 ਰੁਪਏ ਹੈਗਾ ਲੁੱਬੀ ਕੰਪਨੀ ਦੇ ਪੈਨਲ ਲਾ ਕੇ ਮੋਟਰ, ਉਹਦੇ 'ਚ ਲੁੱਬੀ ਦੀ ਵੀ ਦੇ ਦਿੰਦੇ ਹਾਂ ਅਸੀਂ, ਮੋਨੋਬਲੋਕ ਗਰੂਨਾ ਦੀ ਵੀ ਦੇ ਦਿੰਦੇ ਹਾਂ, ਤਾਂ ਜਿਹੜੀ ਸਮਰਸੀ ਵਾਲੋ ਡਿਊਟ ਅਤੇ ਗਰੂਨਾ ਦੀ, ਅਤੇ ਇਹ ਸਾਡੇ ਸਕੀਮ 'ਚ ਲੈਣਾ ਜੀ, ਅਸੀਂ ਰੇਟਿੰਗ ਦਿੰਦੇ ਹਾਂ ਉਹ 1,50,000 ਦੇ ਹੈ। ਬਸ ਉਹਦੇ 'ਚ ਅਦਰ ਅਦਰ ਕੰਪਨੀਆਂ ਦੇ ਪੈਨਲ ਆ ਜਾਂਦੇ, ਜਿਵੇਂ HHB ਆ ਗਿਆ, GNRC ਆ ਗਈ, ਅਲੱਗ ਅਲੱਗ ਕੰਪਨੀਆਂ ਦੇ ਬ੍ਰਾਂਡ ਆ ਜਾਂਦੇ। ਯਾਨੀ ਇਹਦੇ ਵਿੱਚ ਤੁਸੀਂ ਗਰੰਟੀ ਸੇਮ ਹੈ, ਗਰੰਟੀ ਸੇਮ ਹੈ, ਲਿਖ ਕੇ ਦੇਵਾਂਗੇ, ਪੱਕੇ ਬਿੱਲ ਕੱਟ ਕੇ ਦੇਵਾਂਗੇ, ਇਹ ਨਹੀਂ ਕੋਈ ਬਿੱਲ ਨਹੀਂ ਕੱਟ ਕੇ ਦਿੰਦੇ। ਜਾਂ ਬਹੁਤ ਲੋਕ ਫਾਰਮ ਲਾਉਂਦੇ ਆ, ਫੋਨ ਸੁਣਦੇ ਆ ਨਾ ਵੀ ਕਹਿੰਦੇ ਵੀ ਇਹ ਆਹ ਫਲਾਨਾ ਲਾਉਂਦੇ ਆ, ਫਲਾਨਾ ਲਾਉਂਦੇ ਆ, ਜਿਹਦੇ ਲਾਈ ਆ ਅਸੀਂ ਉਹਨੂੰ ਪੁੱਛ ਕੇ ਦੇਖੋ, ਜੇ ਉਹ ਤੁਹਾਡੇ ਨਾਲ ਚੀਜ਼ ਲਾ ਤੀ ਤੁਸੀਂ ਸੰਤੁਸ਼ਟ ਹੋ ਨਾ, ਹਾਂਜੀ, ਤਾਂ 40 ਕੁਛ ਮਰਜ਼ੀ ਬੋਲੀ ਜਾਣ, ਚੰਗਾ ਮਾੜਾ ਕੁਛ ਬੋਲੀ ਜਾਣ, ਤੁਸੀਂ ਸੰਤੁਸ਼ਟ ਹੋ, ਤੁਹਾਡੇ ਮੋਟਰ ਲੱਗ ਗਈ, ਤੁਹਾਨੂੰ ਵਧੀ, ਤੁਸੀਂ ਕਹਿਤਾ ਵੀ ਮੈਨੂੰ ਠੀਕ ਹੈ। ਤਾਂ ਇਸੇ ਤਰ੍ਹਾਂ ਹੈ ਵੀ ਦੂਸਰਾ ਬਿੱਲ ਅਸੀਂ ਜਿਹੜਾ GST ਪੱਕਾ ਕੱਟ ਕੇ ਦਿੰਦੇ ਹਾਂ, ਹਰ ਚੀਜ਼ ਦਾ ਆਪਣਾ ਲੁੱਬੀ 'ਚ ਲਓ, ਜਿਹੜੀ ਕੰਪਨੀ 'ਚ ਮਰਜ਼ੀ ਲਓ ਬਿੱਲ ਅਸੀਂ ਕੱਟਣਾ ਹੀ ਕੱਟਣਾ GST। ਤਾਂ ਚੰਗੀ ਮਾੜੀ ਚੀਜ਼ ਨਹੀਂ ਹੁੰਦੀ, ਚੰਗਾ ਮਾੜਾ ਚਲੋ ਆਪਣੇ ਮਨ ਦਾ ਵਹਿਮ ਹੁੰਦਾ, ਸੈਟਲਮੈਂਟ ਦੂਸਰਾ, ਤੁਸੀਂ ਸਾਡੇ 'ਤੇ ਬਿਲੀਵ ਕਿੰਨਾ ਕਰਦੇ ਨਾ, ਬਹੁਤ ਲੋਕ 70% ਲੋਕ ਸਾਡੇ ਆਪ ਮੇਰੇ 'ਤੇ ਵਿਸ਼ਵਾਸ ਕਰਕੇ, ਲੋਕ ਹੈ ਨਾ ਕੰਪਨੀ 'ਤੇ ਵਿਸ਼ਵਾਸ ਕਰਕੇ ਲੋਕ ਭਰਦੇ ਆ, ਉਹ ਕਹਿੰਦੇ ਆ ਸਾਨੂੰ ਨਹੀਂ ਪਤਾ ਤੁਸੀਂ ਕੀ ਲਾਓਗੇ, ਸਾਨੂੰ ਤਾਂ ਪਾਣੀ ਤੱਕ ਮਤਲਬ ਆ, ਤਾਂ ਅਸੀਂ ਵੀ ਉੱਥੇ ਵਧੀਆ ਚਾਅ ਨਾਲ ਵਧੀਆ ਕੰਮ ਕਰਦੇ ਹਾਂ। ਤਾਂ ਕੋਈ ਵੀ ਬਿਜ਼ਨਸਮੈਨ ਬੰਦਾ, ਕੋਈ ਵੀ ਦੁਕਾਨਦਾਰ ਹੈ, ਉਹ ਮਾੜੀ ਚੀਜ਼ ਕਦੇ ਨਹੀਂ ਕਰਦਾ ਹੁੰਦਾ, ਉਹ ਚਾਹੁੰਦਾ ਹੁੰਦਾ ਕਿ ਮੇਰਾ ਕੰਮ ਬੰਦ ਹੋਵੇ। ਕੋਈ ਕਹੂਗਾ ਜਾਂ ਤੁਸੀਂ ਹੋ, ਤੁਸੀਂ ਜੇ ਕੋਈ ਤੁਹਾਡੀ ਦੁਕਾਨਦਾਰੀ, ਤੁਸੀਂ ਕਹੋਗੇ ਕਿ ਯਾਰ ਮੇਰਾ ਕੰਮ ਖਰਾਬ ਹੋਵੇ। ਤਾਂ ਆਪਾਂ ਲੋਕਾਂ ਤੋਂ ਹੀ, ਆਪਾਂ ਲੋਕਾਂ ਤੋਂ ਹੋਰ ਕਨੈਕਸ਼ਨ ਲੈਣੇ ਆਪਣੇ ਕੋਲ, ਜੇ ਮੈਂ ਥੋੜ੍ਹੇ 'ਚ ਮਾੜੀ ਲਾ ਦੀ ਚੀਜ਼ ਤੇ ਕੱਲ੍ਹ ਨੂੰ ਮੈਨੂੰ ਕੌਣ ਆਊਗਾ ਆਪਣੇ ਕੋਲ? ਬਈ ਨਾਲੇ ਜੀ ਜਿਹੜਾ ਜੱਟ ਬੰਦਾ, ਬਿਲਕੁਲ ਜ਼ਿਮੀਂਦਾਰ ਬੰਦਾ, ਆਪਾਂ ਹਮੇਸ਼ਾ ਦੂਦੂ ਸੀ ਦੇਖ ਕੇ ਲਾਉਂਦਾ। ਇੱਕ ਚੀਜ਼ ਦੇਖੋ ਕਿ ਆਪਾਂ, ਮੈਂ ਖੁਦ ਜ਼ਿਮੀਂਦਾਰ ਹਾਂ, ਮੈਂ ਅੱਜ ਵੀ ਵਾਹੀ ਕਰਦਾ, ਤਾਂ ਮੈਂ ਦਿਲੋਂ ਕਹਿਣਾ ਹੁੰਦਾ, ਚਲੋ ਕੋਈ ਮੰਨੇ ਨਾ ਮੰਨੇ ਉਹਦਾ ਨਹੀਂ ਕੁਛ ਕਹਿ ਸਕਦੇ, ਪਰ ਮੈਂ ਦਿਲੋਂ
ਇੱਕ ਜ਼ਿਮੀਂਦਾਰਾਂ ਲਈ ਦਿਲੋਂ ਕਰਦਾ ਉਹਨਾਂ ਹਰ ਚੀਜ਼ ਹਮੇਸ਼ਾ ਸਫਾਈ ਤੇ ਸਚਾਈ ਤੇ ਚੱਲੇ ਆ, ਅੱਜ ਵੀ ਚੱਲਦਾ ਤੇ ਚੱਲਦਾ ਰਹੂੰਗਾ ਜੀ। ਤਾਂ ਬਹੁਤ ਲੋਕਾਂ ਨੂੰ ਹੁੰਦਾ ਇਹ ਆਏਗਾ ਹੋ ਜਾਂਦਾ ਐਂ ਹੋ ਜਾਂਦਾ, ਪਰ ਮੰਨਣਾ ਨਾ ਮੰਨੋ ਦੇਖੋ ਇੱਥੇ ਤਾਂ ਬਹੁਤ ਬਾਬਾ ਨਾਨਕ ਨਹੀਂ ਬਖਸ਼ਿਆ ਕਿਸੇ ਨੇ, ਪਰ ਅਸੀਂ ਮੈਂ ਹਮੇਸ਼ਾ ਕਿਸਾਨੀ ਲਈ ਕਿਸਾਨਾਂ ਲਈ ਸਮਰਪਿਤ ਆ। ਮੈਨੂੰ ਪਤਾ ਆਪਾਂ ਇਸ ਚੀਜ਼ ਚੋਂ ਨਿਕਲ ਕੇ ਆਏ ਹਾਂ ਨਾ, ਆਪਾਂ ਹਰ ਚੀਜ਼ ਗਰੀਬੀ ਮੇਰੀ ਹਰ ਚੀਜ਼ ਦੇਖੀ ਆ, ਆਪਾਂ ਖੁਦ ਰਾਤਾਂ ਨੂੰ ਪਾਣੀ ਲਾਇਆ, ਮੈਂ ਆਪ ਖੁਦ ਕੰਮ ਕੀਤਾ ਯਾਰ ਬਹੁਤ। ਮੈਨੂੰ ਪਤਾ ਵੀ ਜ਼ਿਮੀਂਦਾਰ ਕਿਵੇਂ ਆਪਦਾ ਜੁਗਾੜ ਕਰਦੇ ਪੈਸੇ ਦਾ, ਕੋਈ ਆੜਤੀ ਉਹਦੇ ਲਿਆਉਂਦਾ, ਕੋਈ ਕਿਵੇਂ ਕਰਦਾ, ਕੋਈ ਸੋਨਾ ਵੀ, ਇਹ ਤਾਂ ਆਪਾਂ ਨੂੰ ਪਤਾ, ਪਰ ਉਹ ਦਰਦ ਮੈਂ ਸਮਝ ਸਕਦਾ ਉਹਨਾਂ ਦਾ ਨਾ। ਪਰ ਆਪਾਂ ਕਦੇ ਵੀ ਜਾਨ ਦੇਣੀ ਹੈ, ਰੱਬ ਨੂੰ ਪੈਸਾ ਇੱਥੇ ਆਉਂਦਾ ਜਾਂਦਾ ਰਹਿੰਦਾ, ਬਹੁਤ ਕੁਛ ਹੋ ਜਾਂਦਾ, ਪਰ ਹਮੇਸ਼ਾ ਮੈਂ ਸਹੀ ਸੁਜੈਸਟ ਕਰਦਾ ਜ਼ਿਮੀਂਦਾਰ ਨੂੰ ਵੀ ਆਹ ਚੀਜ਼ ਲਾਓ। ਵਾਜਬ ਰੇਟ ਹੁੰਦੇ ਨੇ ਸਾਡੇ ਤੇ, ਵਾਜਬ ਸਾਡੀ, ਚਲੋ ਸਾਡਾ ਵੀ ਬਿਜ਼ਨਸ, ਅਸੀਂ ਵੀ ਬੜਾ ਲੰਬਾ ਚੌੜਾ ਕੰਮ ਹੈ ਨਾ, ਤਾਂ ਸਾਡਾ ਜਿਹੜਾ ਮਾਰਜਨ ਆ ਉਹ ਵੀ ਵਾਜਬ ਹੁੰਦਾ, ਸਾਡੀ ਰੇਟ ਤਾਂ ਘੱਟ ਹੁੰਦੇ, ਕੋਈ ਚੀਜ਼ ਨਹੀਂ ਮਾੜੀ ਹੁੰਦੀ, ਸਾਡਾ ਮਾਰਜਨ ਘੱਟ ਹੁੰਦਾ ਉਹਦੇ 'ਚ। ਹੁਣ ਕਿਹੜੀ ਚੀਜ਼ 'ਚੋਂ ਕੋਈ 10,000 ਕਮਾਉਂਦਾ, ਅਸੀਂ ਉਹ 'ਚੋਂ 5 ਕਮਾਉਣੇ ਆ। ਦੂਸਰੀ ਗੱਲ ਉਹ 'ਚ ਸਾਡੀ ਕੋਲ ਬੁਕਿੰਗ ਹੀ ਇੰਨੀ ਹੋ ਜਾਂਦੀ ਹੈ ਕਿ ਉਹ ਸਾਡਾ ਮਾਰਜਨ ਜੇ 5,000 ਵੀ ਉਹ ਤੋਂ ਬਹੁਤ ਅੱਗੇ ਚਲਾ ਜਾਂਦਾ। ਬਹੁਤ ਜਿਹੜੇ ਕਿਸਾਨ ਵੀਰ ਹੈ ਉਹ ਸਾਨੂੰ ਆਪਾਂ ਨੂੰ ਸਵਾਲ ਆਉਂਦੇ ਨੇ ਹੈ ਨਾ ਵੀ ਤੁਸੀਂ ਇਹ ਘੱਟ ਪੈਸਾ ਚ ਲਾਉਣੇ, ਇਹ ਚੀਜ਼ ਮਾੜੀ ਹੋ ਗਈ। ਉਹ ਚੀਜ਼ ਬਲਕਿ ਮਾੜੀ ਨਹੀਂ ਹੁੰਦੀ, ਉੱਥੇ ਆਪਣਾ ਮਾਰਜਨ ਘੱਟ ਹੁੰਦਾ ਉਸ ਚੀਜ਼ 'ਤੇ। ਹੁਣ ਉਹੀ ਚੀਜ਼ ਦਾ ਅਗਲਾ 1 ਬੱਸ ਤੋਂ 20,000 ਕਮਾਉਂਦਾ ਤਾਂ ਅਸੀਂ ਉਸੇ ਚੀਜ਼ 'ਤੇ 5,000 ਕਮਾਉਣਾ। ਦੂਸਰੀ ਪੈਨਲ ਦੀ ਜਿਹੜੀ ਗਰੰਟੀ ਆ ਉਹ ਤਕਰੀਬਨ 25 ਸਾਲ ਪੈਨਲ ਦੀ ਗਰੰਟੀ ਹੁੰਦੀ ਹੈ। ਇਹ ਸੜ ਜੇ, ਬਲਾਸਟ ਹੋ ਜੇ, ਟੁੱਟਣ ਦੀ ਕੋਈ 1 ਮਿੰਟ ਦੀ ਗਰੰਟੀ ਨਹੀਂ ਹੁੰਦੀ। ਸਾਈਡ 'ਤੇ ਜਾ ਕੇ ਟੁੱਟ ਜੇ, ਤੂਫਾਨ ਨਾਲ ਟੁੱਟ ਜੇ, ਕਿਵੇਂ ਟੁੱਟ ਜੇ, ਉਹਦੀ ਕੋਈ ਗਰੰਟੀ ਨਹੀਂ, ਪਿੱਛੋਂ ਕੰਪਨੀ ਨਹੀਂ ਦਿੰਦੀ। ਫਿਰ ਟੁੱਟਣ ਦੀ ਮਜ਼ਬੂਤੀ ਤੁਸੀਂ ਕਿੰਨੀ ਕੁ ਮੰਨਦੇ ਹੋ? ਮਜ਼ਬੂਤੀ ਦੇਖੋ, ਜਿਹੜਾ ਜ਼ਿਮੀਂਦਾਰ ਤਾਂ ਸ਼ਾਮ ਨੂੰ ਉਹਨੂੰ ਕਰ ਦਿੰਦਾ ਸਿੱਧੇ, ਜਿਵੇਂ ਹੁਣ ਗਰਮੀ ਦੀ ਰੁੱਤ ਆ ਗਈ, ਝੱਕੜ ਝਗੜੇ ਆਉਣਗੇ ਇੰਨਾ ਕੁਛ, ਜਿਹੜਾ ਤਾਂ ਕਰ ਗਿਆ ਉਹਨੂੰ ਸਿੱਧਾ ਉਹ ਤਾਂ ਨਹੀਂ ਟੁੱਟਦਾ, ਅਤੇ ਜਿਹੜਾ ਹੁਣ ਕਰ ਗਿਆ ਟੇਢਾ ਹੈ, ਹੁਣ ਹਵਾ ਦਾ ਪ੍ਰੈਸ਼ਰ ਤਾਂ ਬਣਨਾ ਹੀ ਹੈ ਨਾ, ਬਹੁਤ ਹੁੰਦਾ, ਉਹ ਜਿੱਥੋਂ ਕਿਤੇ ਹੋਇਆ ਉਹਦਾ ਦਬਾਅ ਪਿਆ ਉੱਥੋਂ ਪੱਟ ਕੇ ਲੈ ਜੂਗਾ, ਅਤੇ ਸਿੱਧਾ ਅਸੀਂ ਗਰੰਟੀ ਕਹਿੰਦੇ ਵੀ ਸਿੱਧਾ ਖੜਾ ਹੋਵੇ ਅਤੇ ਪੈਨਲ ਹਿੱਲ ਕੇ ਦਿਖਾ ਦਿਓ, ਮਤਲਬ ਹੀ ਨਹੀਂ ਪੈਨਲ ਹਿੱਲ ਜੂ, ਆਪਾਂ ਸਿਰਫ 2 ਮਿੰਟ ਲੱਗਦੇ ਆ, ਆਪਾਂ ਸਿਰਫ ਕਾਲ ਕਰਦੇ ਹਾਂ ਚੱਲ ਕੋਈ ਨਹੀਂ ਖੜੇ ਹਾਂ, 2 ਨਾਟ ਹੀ ਕੱਢਣੇ ਆ, ਤਾਂ ਉਹਦੇ ਨਾਲ ਆਪਣਾ ਕਿੰਨਾ ਲੱਖਾਂ ਦਾ ਨੁਕਸਾਨ ਹੋ ਜਾਂਦਾ ਨਾ। ਯਾਨੀ ਕਿ ਰੋਟੇਟ ਕਰਦਾ, ਰੋਟੇਟ ਹੁੰਦਾ ਇਹ ਚਾਰੇ ਪਾਸੇ ਘੁੰਮਦਾ ਹੈਗਾ, ਜਿੱਧਰ ਨੂੰ ਮਰਦੀ, ਜਿੱਧਰ ਨੂੰ ਇਹਦੀ ਲੋਕੇਸ਼ਨ, ਜਿਵੇਂ ਸੂਰਜ ਆਈ ਜਾਂਦਾ, ਸੂਰਜ ਦੇ ਹਿਸਾਬ ਨਾਲ ਇਹਨੂੰ ਘੁਮਾਈ ਜਾਂਦੇ ਨੇ, ਅਤੇ ਪਰ ਉਹਨੂੰ ਸ਼ਾਮ ਨੂੰ ਜਾਣ ਲੱਗੇ ਪਰ ਛੇਤੀ ਹੁੰਦਾ ਜੀ ਮੈਂ ਭੱਜ ਜਾਂ ਇੱਥੇ ਤੋਂ, ਉਹ ਐ ਨਹੀਂ ਵੀ ਉਹਨੂੰ 5 ਮਿੰਟ ਲਾ ਕੇ ਉਹਨੂੰ ਸਿੱਧਾ ਕਰ ਦਿਓ, ਕੋਈ ਫਰਕ ਨਹੀਂ, 2 ਨਾਟ ਹੀ ਕੱਢਣੇ ਆ, ਤਾਂ ਜਿਹੜੇ ਬਾਈ ਕਰਦੇ ਉੱਥੇ ਨੁਕਸਾਨ ਨਹੀਂ ਹੁੰਦਾ, ਜਿਹੜਾ ਟੇਢੇ ਖੜੇ ਦਾ ਨੁਕਸਾਨ ਹੁੰਦਾ ਹੀ ਹੁੰਦਾ। ਅਤੇ ਬਾਈ ਜੀ ਮੈਂ ਗੱਲ ਹੋਰ ਪੁੱਛਣੀ ਸੀ, ਜਿਵੇਂ ਤੁਸੀਂ 5 ਦੀ ਮੋਟਰ, 7.5 ਦੀ ਹੋ ਗਈ, 10 ਦੀ, 12.5-15, ਇਹ ਆਪਾਂ ਕਿੱਥੋਂ ਤੱਕ ਕਨੈਕਸ਼ਨ ਲਾਉਂਦੇ ਹਾਂ? ਆਪਾਂ ਜਿਹੜੇ ਅਸੀਂ ਜਿਹੜਾ ਸਭ ਤੋਂ ਵੱਡਾ ਕਨੈਕਸ਼ਨ ਲਾਇਆ ਸੀ ਉਹ 50 HP ਦਾ ਲਾਇਆ ਸੀ, 50 HP ਮੋਟਰ ਦਾ, ਹਾਂ ਸੂਰਤਗੜ੍ਹ ਸਾਈਡ ਲਾਏ ਸੀਗੇ, ਅਤੇ ਆਪਣੇ ਲਾਇਆ ਸੀ ਹਰਿਆਣੇ ਦੇ ਵਿੱਚ, ਕਿਉਂਕਿ ਉੱਥੇ ਪਾਣੀ ਬੜੇ ਡੂੰਘੇ ਨੇ। 50 HP ਤੱਕ ਦੇ ਵੀ ਆਪਣੇ ਜਿਹੜੇ ਪੰਪ ਲਾਏ ਹੋਏ ਨੇ ਉਹ ਵੀ ਬੜੀ 25-25 ਹੋਰਸ ਪਾਵਰ ਦੇ, ਤਾਂ ਪਤਾ ਨਹੀਂ ਕਿੰਨੇ ਕਲਾਤੇ ਆਪਾਂ, ਇਹ ਬਰਨਾਲਾ ਸਾਈਡ ਹੋ ਗਿਆ ਜਾਂ ਪਟਿਆਲਾ ਪਟੂਲਾ ਸਾਈਡ ਹੋ ਗਿਆ, ਜ਼ਿਆਦਾਤਰ ਹਰਿਆਣੇ 'ਚ ਇਹ ਕਨੈਕਸ਼ਨ ਲੱਗਦੇ ਨੇ, ਕਿਉਂਕਿ ਉੱਥੇ ਪਾਣੀ ਬੜਾ ਡੂੰਘਾ, 20 ਹੋਰਸ ਪਾਵਰ ਅਤੇ 25 ਹੋਰਸ ਪਾਵਰ ਹੀ ਲੱਗਦੇ ਆ, ਇਹ ਵੀ ਬੇਹੱਦ ਮਤਲਬ ਗਿਣਤੀ ਦੇ ਵਿੱਚ ਆਪਾਂ ਪੈਨਲ ਲਾਤੇ ਆ। ਉਹਨੇ ਮਤਲਬ ਇਹ ਮੰਨ ਕੇ ਚਲੋ ਕਿ ਐਂ ਨਾ ਫੁੱਲ ਐਕਸਪੀਰੀਅੰਸ ਹੋ ਗਿਆ, ਦੂਰੋਂ ਚੀਜ਼ ਦੱਸ ਦੇਵਾਂਗੇ ਵੀ ਆਹ ਚੀਜ਼ਾਂ ਆ, ਤਾਂ ਪੈਨਲ ਦੇ ਕਰਕੇ ਚਲੋ ਹੈ ਕੰਪਨੀਆਂ ਦਾ ਫਰਕ ਜ਼ਰੂਰ ਹੁੰਦਾ, ਪਿੱਛੋਂ ਮਹਿੰਗੀ ਚੀਜ਼ ਸਸਤੀ ਚੀਜ਼ ਜ਼ਰੂਰ ਆਉਂਦੀ ਹੈ, ਪਰ ਇਹ ਨਹੀਂ ਹੈ ਕਿ ਉਹ ਜਮ੍ਹਾਂ ਡੁਪਲੀਕੇਟ ਆ ਵੀ ਉਹ 2 ਸਾਲਾਂ ਬਾਅਦ ਖਤਮ ਹੋ ਜੂ ਜਾਂ 5 ਸਾਲਾਂ ਬਾਅਦ ਖਤਮ ਹੋ ਜੂ, ਜਿਹੜੀ ਚੀਜ਼ ਦਾ ਬਿੱਲ ਘੱਟ ਤਾਂ 25 ਸਾਲ ਉਹ ਸਾਡੇ ਨੂੰ ਜਾਂਦੇ ਪੜਾਕੇ ਪੈ ਜਾਣ, ਸਾਡੀ ਗਰੰਟੀ ਹੈ ਨਾ, ਅਸੀਂ ਬਦਲ ਕੇ ਦੇਵਾਂਗੇ। ਇੱਕ ਗੱਲ ਹੋਰ ਬਾਈ, ਚੱਲ ਪੈਨਲ ਦੀ ਗੱਲ ਤਾਂ ਹੋ ਗਈ, 25 ਸਾਲ ਦੀ ਗਰੰਟੀ ਆ, ਜਿਹੜਾ ਬਾਈ ਆਪਾਂ ਇਹਦੇ ਵਿੱਚ ਲੋਹਾ ਵਰਤਦੇ ਹਾਂ ਉਹ ਕਿਹੜੀ ਕਿਸਮ ਦਾ ਲੋਹਾ ਵਰਤਦੇ? ਇਹਦੇ ਵਿੱਚ ਹਰ ਇੱਕ ਬੰਦਾ
ਜਿੰਨੇ ਵੀ ਦੁਕਾਨਦਾਰ ਬਿਜ਼ਨਸ ਕਰਦੇ ਨੇ ਸੋਲਰ ਦੇ ਵਿੱਚ, ਉਹ ਕੋਈ ਮਾੜੀ ਚੀਜ਼ ਨਹੀਂ ਵਰਤਦਾ। 5-7 ਕੰਪਨੀਆਂ ਨੇ ਜਿਹੜੇ ਸਟਰਕਚਰ ਸਪਲਾਈ ਕਰਦੇ ਨੇ, ਸਾਰੇ ਉਹਨਾਂ ਤੋਂ ਲੈਂਦੇ, ਕੋਈ ਡਿਸਟ੍ਰੀਬਿਊਟਰ ਤੋਂ ਲੈ ਜਾਂਦਾ, ਕੋਈ ਕਿਵੇਂ। ਹੁਣ ਅਸੀਂ ਮਤਲਬ ਕਿ ਇਹ ਲਾ ਲਓ ਕਿ ਜੈਪੁਰ ਤੋਂ ਵੀ ਲੈਂਦੇ ਹਾਂ, ਸਾਡਾ ਸਟਰਕਚਰ ਪੰਜਾਬ ਤੋਂ ਵੀ ਆਉਂਦਾ ਕਿਤੋਂ ਨਾ ਕਿਤੇ, ਮਤਲਬ ਕਿ ਹਰ ਚੀਜ਼ ਜਿਹੜੇ GI ਗੈਲਵੇ ਨਾਲ ਸਟਰਕਚਰ ਵੱਜਦਾ। ਹਾਂ, ਵੇਟ ਦਾ ਥੋੜ੍ਹਾ ਬਹੁਤਾ ਜ਼ਰੂਰ ਫਰਕ ਹੋ ਸਕਦਾ, 19-21 ਦਾ ਕੋਈ 5-4 ਕਿਲੋ ਦਾ ਹੋ ਸਕਦਾ, ਇਹ ਨਹੀਂ ਕਿ ਉਹਦੇ 'ਚ 20-30 ਕਿਲੋ ਦਾ ਫਰਕ ਪੈ ਜੂਗਾ। ਹੁਣ ਸਟਰਕਚਰ ਨੇ ਮਾੜਾ ਲਾਤਾ ਤਾਂ ਸ਼ੁਰੂ ਹੋ ਜੂਗੀ, ਇਹ ਤਾਂ ਝੁਕ ਜੂਗਾ ਤੁਹਾਨੂੰ, ਸਾਰੀ ਗੱਲ ਹੀ ਸਟਰਕਚਰ ਤੇ ਖੜੀ ਹੈ, ਗੱਲ ਹੀ ਸਾਰੀ ਸਟਰਕਚਰ ਤੇ ਖੜੀ। ਕੱਲ ਨੂੰ ਤੂਫਾਨ ਵੀ ਆਉਣੇ ਆ, ਲੰਮੇ ਟਾਈਮ ਤੱਕ ਜਾਣਾ, ਇਹਦੀ ਹੌਲੀ ਹੌਲੀ ਥਿਕਨੈਸ ਵੀ ਘਟਦੀ ਹੈ। ਇੱਕ ਭਾਈ ਆਪਾਂ ਇਹਦੇ ਚੱਲ ਕੇ ਗੱਲ ਕਰੀਏ, ਮੈਨੂੰ ਇੱਕ ਹੋਰ ਜਾਣਕਾਰੀ ਦਿਓ ਵੀ ਆਹ ਜਿਵੇਂ ਹੁਣ ਉੱਪਰ ਇਹਦੇ ਸੂਰਜ ਦੀ ਧੁੱਪ ਪੈ ਰਹੀ ਆ, ਹਾਂਜੀ ਆਹ ਦੇਖੋ ਉੱਪਰ ਸੂਰਜ ਦੀ ਧੁੱਪ ਪੈ ਰਹੀ ਆ, ਅੰਦਰੋਂ ਸਾਰਾ ਇਹਦਾ ਵਾਇਰ ਸਿਸਟਮ ਹੋ ਗਿਆ। ਹਾਂਜੀ, ਇਹ ਹੁਣ ਅੱਗੇ ਜਾ ਕੇ ਜਿਵੇਂ ਤੁਸੀਂ ਦੱਸਿਆ ਸੀਗਾ ਮੈਨੂੰ ਵੀ ਉੱਥੇ ਬਿਜਲੀ ਵਾਲੀ ਮੋਟਰ ਲੱਗੀ ਆ, ਹਾਂਜੀ ਇਹ ਹੁਣ ਇਹ ਮਤਲਬ ਸੂਰਜ ਤੋਂ ਗਾਂ ਜਾ ਕੇ ਬਿਜਲੀ ਕਿਵੇਂ ਪ੍ਰੋਵਾਈਡ ਕਰਦੀ, ਉਹ ਫਿਰ ਕਿਹੜਾ ਯੰਤਰ ਲਾਉਂਦੇ ਆ ਜੀ ਆਪਾਂ? ਉਹਦੇ ਵਿੱਚ ਕੀ ਹੁੰਦਾ ਜਿਵੇਂ ਇਹ ਪੈਨਲ ਹੈ, ਇਹ DC ਵੋਲਟੇਜ ਕੱਢਦੇ ਨੇ। ਹਾਂ, ਇਹ ਤਾਂ DC ਆ ਗਿਆ, ਇਹ DC ਆ ਗਿਆ, ਜਿਵੇਂ ਆ ਮੈਂਸ ਪਲੱਸ ਆ ਗਿਆ ਨਾ, ਦੋ ਤਾਰਾਂ ਜਾਂਦੀਆਂ। ਫਿਰ ਮੈਂ ਅੰਦਰ ਤੁਹਾਨੂੰ ਦਿਖਾਉਣਾ ਜਿਹੜਾ ਸਟਾਰਟਰ, ਆਪਾਂ ਪੰਜਾਬੀ 'ਚ ਕਹਿੰਦੇ ਸਟਾਰਟਰ, ਤੁਹਾਨੂੰ ਡਰਾਈਵ ਬੋਲਦੇ ਆ ਅੰਗਰੇਜ਼ੀ, ਹੈ ਨਾ, ਜੋ ਇਹਨਾਂ ਦੀ ਪਰਿਭਾਸ਼ਾ ਡਰਾਈਵ। ਇਹਦੇ ਚ ਕੀ ਹੁੰਦਾ ਕਿ ਇਹਦੇ ਚ DC ਲਾਈਟ ਆਉਂਦੀ ਹੈ ਤੇ ਇਹਨੂੰ AC ਚ ਕਨਵਰਟ ਕਰਕੇ 3-phase ਲਾਈਟ ਬਣਾ ਕੇ ਦਿੰਦਾ ਜੀ। ਇਹ ਚ ਤਾਰਾਂ ਤਾਂ ਦੋ ਹੀ ਲੱਗੀਆਂ, ਦੋ ਹੀ ਗੰਜਾਂ ਦੇਖੋ, ਲਾਲ ਤੇ ਕਾਲੀ ਜੀ। ਇਹ DC ਲਾਈਟ ਆਈ, ਇਹ ਜੋ AC ਬਣਾ ਦੂ, ਇਹਨੂੰ ਕਨਵਰਟ ਕਰ ਦੂ DC ਤੋਂ AC ਔਰ 3-phase ਕਰ ਦੂਗਾ। ਇਹ ਦਸੀਆਂ ਦਾ ਵੀ ਹੁਣ ਇੰਨੀ ਫ੍ਰੀਕੁਐਂਸੀ ਤੇ ਵੀ 42 ਤੇ ਚੱਲੀ ਜਾਂਦੀ ਹੈ, ਇਹ ਸਾਰੀ ਵੋਲਟੇਜ ਦੱਸਦਾ ਵੀ ਕਿੰਨੀ ਵੋਲਟੇਜ ਆ ਰਹੀ ਹੈ, ਕਿਵੇਂ ਹੈ, ਇੱਥੋਂ ਹੀ ਅਨਸਟਾਪ ਹੁੰਦੀ, ਇੱਥੋਂ ਹੀ ਚੱਲਦੀ। ਇਹਨੂੰ ਕੰਟਰੋਲਰ ਬੋਲ, ਯਾਨੀ ਕਿ ਸਾਰਾ ਸਿਸਟਮ ਇਹਦੇ ਸਿਰ ਤੇ ਹੀ ਹੈ, ਇਹਦੇ ਸਿਰ ਤੇ ਹੀ ਹੈ ਸਾਰਾ। ਇਹੀ ਇਹਦਾ ਮੰਨ ਲਓ ਕਿ ਦਿਲ ਹੈ ਮੋਟਰ, ਦਿਲ ਹੈ ਮੋਟਰ, ਇਹਨੇ ਚਲਾਉਣੀ ਹੈ, ਇਹਨੇ ਸਪਲਾਈ ਇਹਨੇ ਕੰਟਰੋਲ ਕਰਕੇ ਦੇਣੀ ਹੈ। ਜੇ ਹੁਣ ਪਿੱਛੋਂ ਸਪਲਾਈ ਜ਼ਿਆਦਾ ਆ ਗਈ ਮੋਟਰ ਨੂੰ, ਇਹਨੇ ਸਪਲਾਈ ਉਨੀ ਦੇਣੀ ਜਿੰਨੀ ਉਹਨੂੰ ਜ਼ਰੂਰਤ ਹੈ ਜੀ। ਤੇ ਇੱਕ ਬਾਈ ਹੋਰ ਗੱਲ ਜੀ, ਜਿਹੜੀ ਤੁਹਾਡੇ ਤੋਂ ਲਾਸਟ ਦੇ ਗੱਲ ਆਪਾਂ ਪੁੱਛਣੀ ਆ, ਹਾਂਜੀ, ਵੀ ਹੁਣ ਸਦਾ ਭਾਰ ਬਾਹਰ ਰਹਿਣ ਵਾਲੀ ਚੀਜ਼ ਹੈ, ਬਿਲਕੁਲ 24 ਘੰਟੇ ਬਾਹਰ, ਤੇ ਜ਼ਿਮੀਂਦਾਰ ਨੂੰ ਸਭ ਤੋਂ ਵੱਡਾ ਖਤਰਾ ਜਿਹੜਾ ਅੱਜ ਬਣਿਆ ਹੋਇਆ, ਉਹਦੀ ਤਾਰ ਚੋਰੀ ਹੋ ਗਈ, ਉਹਦਾ ਟਰਾਂਸਫਾਰਮ ਚੋਰੀ ਹੋ ਗਿਆ, ਖੇਤ ਦੇ ਵਿੱਚ ਖੜਾ ਕੋਈ ਸਾਧਨ ਚੋਰੀ ਹੋ ਗਿਆ, ਕਦੇ ਕੋਠੇ ਦਾ ਜਿੰਦਰਾ ਭੰਨ ਲਿਆ, ਤੇ ਬਾਈ ਇਹਨੂੰ ਤਾਂ ਕੋਈ ਜਿੰਦਰਾ ਵੀ ਨਹੀਂ ਲੱਗਿਆ, ਫਿਰ ਇਹਦੀ ਜੋ ਚੋਰੀ ਹੋਈ ਨਹੀਂ ਉਹਦਾ ਕੀ ਹੱਲ ਕਰਾਂਗੇ ਆਪਾਂ? ਤੁਸੀਂ ਮੈਨੂੰ ਬੜਾ ਵਧੀਆ ਪੁੱਛਿਆ, ਲੋਕਾਂ ਦੇ ਸਵਾਲ ਨੇ, ਤੇ ਪਿਛਲੇ ਸਾਲਾਂ ਦੇ ਵਿੱਚ ਬਹੁਤ ਪੈਨਲ ਚੋਰੀ ਹੋਏ ਆ ਜੀ। ਹੁਣ ਤੁਹਾਡਾ ਮੰਨ ਲਓ ਕਿ ਮੇਰੇ ਮੋਟਰ ਲੱਗੀ ਆ, ਮੇਰੇ ਪੈਨਲ ਚੋਰੀ ਹੋਏ ਤੇ ਮੇਰੀ ਕਿਤੇ ਜਾਨ ਔਖੀ ਹੋਈ ਹੈ ਨਾ, ਬਹੁਤ ਬਾਈ ਉਹਦਾ ਕਿੰਨਾ ਨੁਕਸਾਨ ਹੁੰਦਾ, ਇਹ ਤਾਂ ਹੈ ਨਹੀਂ, ਬੰਦਾ ਅੱਜ 2.5 ਲੱਖ ਲਾ ਕੇ ਅੱਡਿਆ, ਉਹਦੇ ਪਿੱਛੇ 4 ਦਿਨਾਂ ਨੂੰ ਪੈਨਲ ਚੋਰੀ, ਉਹ 2.5 ਲੱਖ ਹੋਰ ਲਾ ਦੂ, ਨਹੀਂ ਲਾ ਉਹਨੇ, ਪਤਾ ਨਹੀਂ ਕਿੱਥੋਂ ਕੀ ਕੀਤਾ ਹੁੰਦਾ। ਤਾਂ ਉਹਦਾ ਅਸੀਂ ਇੱਕ ਤਰੀਕਾ ਕੱਢਿਆ, ਤੁਸੀਂ ਚੰਗੀ ਤਰ੍ਹਾਂ ਜ਼ੂਮ ਕਰਕੇ ਦਿਖਾਇਓ ਕਿ ਜੇ ਪੈਨਲ ਨਹੀਂ ਚੋਰੀ ਹੁੰਦਾ ਉਹ ਸਾਨੂੰ ਪਤਾ, ਪਰ ਉਹਦਾ ਸਹੀ ਤਰੀਕੇ ਨਾਲ ਇਹਦਾ ਜਿਹੜਾ ਵੈਲਡਿੰਗ ਹੋ ਜਾਏ, ਤਾਂ ਉਹ ਸਾਡੀ ਗਰੰਟੀ ਕਿ ਪੈਨਲ ਚੋਰੀ ਹੋ ਜਾਏ, ਪੈਨਲ ਹਿਲਦਾ ਵੀ ਨਹੀਂ। ਸਾਨੂੰ ਦੱਸੋ ਮਾੜਾ ਜਿਹਾ, ਮੈਂ ਦੱਸਦਾ, ਜਿਹੜੇ ਕਲੰਪ ਲੱਗੇ ਹੁੰਦੇ ਨੇ, ਦਿਖਾ ਦਿਓ, ਜਿਹੜੇ ਕਲੰਪ ਲੱਗੇ ਹੁੰਦੇ ਨੇ, ਧੁਰ ਤੱਕ ਕਲੰਪ ਲੱਗਦੇ ਆ, ਹਰੇਕ ਪੈਨਲ ਨੂੰ ਨੱਪਣ ਵਾਸਤੇ ਕਲੰਪ ਲੱਗਦੇ ਆ, ਇਹਨੂੰ ਥੱਲੋਂ ਵੈਲਡ ਹੋ ਜਾਂਦਾ ਇੱਥੋਂ, ਇਹ ਜੀ ਇਸ ਜਗ੍ਹਾ ਤੋਂ ਜਨਰੇਟਰ ਲਿਆ ਕੇ ਜੋ ਤੁਸੀਂ ਲਾਉਣੇ ਆ ਤਾਂ ਥੱਲੋਂ ਵੈਲਡ ਕਰ ਦਿਓ ਤੇ ਇੱਥੋਂ ਵੈਲਡ ਕਰ ਦਿਓ ਜੀ। ਇਹ ਧੁਰ ਤੱਕ ਜਿੰਨੇ ਵੀ ਲੱਗੇ ਨੇ ਥੱਲੋਂ ਵੈਲਡ ਕਰਦੇ ਜਾਓ, ਮਤਲਬ ਹੀ ਨਹੀਂ ਕਿ ਪੈਨਲ ਤੁਹਾਡਾ ਹਿੱਲ ਜੂਗਾ ਕਿਸੇ ਪਾਸੇ ਜੀ, ਕੋਈ ਚਾਂਸ ਨਹੀਂ ਕਿ ਪੈਨਲ ਚੋਰੀ ਹੋ ਜੂ, ਨਾ ਤਾਂ ਚੋਰਾਂ ਕੋਲ ਇੰਨਾ ਟਾਈਮ ਹੁੰਦਾ ਕਿ ਪੱਟਣਗੇ ਪੈਸੇ ਨਾਲ। ਚਲੋ ਅਮਲੀ ਭੰਗੀ ਜਿਹੜੇ ਅੱਜ ਦੇ ਟਾਈਮ ਤੁਸੀਂ ਦੇਖ ਲਓ ਨਸ਼ਾ ਇੰਨਾ ਹਨਾ, ਤਾਂ ਉਹੀ ਅਮਲੀ ਭੰਗੀ ਆਉਂਦੇ ਆ, ਚਲੋ ਕਿਵੇਂ ਨਾ ਕਿਵੇਂ ਕਰਦੇ ਆ ਜਿਗਾੜ, ਪਰ ਆ ਜਦੋਂ ਬੈਲਡ ਹੋ ਗਿਆ, ਕਿਉਂਕਿ ਇਹ ਵੀਰ ਨਾ ਤਾਂ ਪੈਨਲ ਪਿੱਛੇ ਹੋਣਾ ਤੇ ਨਾ ਪੱਟਿਆ ਜਾਣਾ, ਇਹ ਪੈਨਲ ਟੁੱਟ ਸਕਦਾ, ਸਾਫ ਤਾਂ ਨਹੀਂ ਜਾ ਸਕਦਾ। ਦੂਸਰੀ ਹੋਰ ਚੀਜ਼, ਇੱਕ ਤਰੀਕਾ ਹੋਰ ਹੈ,
ਇਹਦੇ ਉੱਤੋਂ ਨਹੀਂ ਮਤਲਬ ਕਿ ਇੰਚੀ ਚੌੜੀ ਪੱਤੀ ਇੱਥੋਂ ਬੈਲਟ ਕਰਾ ਕੇ ਉੱਤੋਂ ਨਹੀਂ ਕਵਰ ਕਰ ਦਿੱਤੀ ਜਾਵੇ, ਉਹਦੇ ਨਾਲ ਮੋਟਰ ਚੱਲਣ ਤੇ ਕੋਈ ਫਰਕ ਨਹੀਂ ਪੈਂਦਾ, ਕੋਈ ਅਸਰ ਨਹੀਂ ਪੈਂਦਾ। ਹਾਂ ਉਹਦੇ ਤੇ ਕੋਈ ਅਸਰ ਨਹੀਂ ਪੈਂਦਾ, ਜਿਵੇਂ ਇੱਥੋਂ ਆਹ ਬੈਲਟ ਹੋ ਗਿਆ ਇਹਦੇ ਉੱਤੋਂ ਬੈਲਟ ਵੀ ਤਾਂ ਪੈਨਲ, ਚਲੋ ਮੰਨ ਲਓ ਇਹਨੂੰ ਵਿੰਗਾ ਕਰਕੇ ਬੰਦਾ ਕੱਢ ਲੂਗਾ, ਪਰ ਪੱਤੀ ਦੇ ਵਿੱਚੋਂ ਨਹੀਂ ਨਿਕਲਦਾ, ਦੂਸਰੀ ਸਾਈਡਾਂ ਤੋਂ ਇੱਧਰੋਂ ਆਉਂਦੀਆਂ। ਪਲੱਸ ਦੀ ਨਿਸ਼ਾਨੀ ਜਿਵੇਂ ਐਂ ਬੈਲਟ ਹੋ ਗਈ ਤੇ ਐਂ ਬੈਲਟ ਹੋ ਗਈ, ਨਾ ਤਾਂ ਪੈਨਲ ਬਾਹਰ ਨਿਕਲ ਸਕਦਾ ਨਾ ਤਾਂ ਚੱਟ ਸਕਦਾ। ਇਹ ਦੋ ਤਰੀਕੇ ਇਹਨੂੰ ਬਚਾਉਣ ਦੇ, ਹੋਰ ਕੋਈ ਤਰੀਕਾ ਨਹੀਂ। ਹੁਣ ਤੁਸੀਂ ਕਹਿੰਦੇ ਇੰਸ਼ੋਰੈਂਸ ਕਰਾ ਦਿਓ, ਇੰਸ਼ੋਰੈਂਸ ਪਿੱਛੇ ਤੁਸੀਂ ਕਿੰਨਾ ਕੰਪਨੀਆਂ ਮਾਰੋ, ਪਤਾ ਨਹੀਂ ਸਾਲ ਨੂੰ ਦਿਓ ਜਾਂ ਦੋ ਸਾਲਾਂ ਨੂੰ ਦਿਓ, ਯਾਨੀ ਮੌਕੇ ਵਾਲਾ ਕੰਮ ਕਰੋ। ਦੂਸਰਾ ਗੱਲ ਅਸੀਂ ਸਭ ਤੋਂ ਇੱਕ ਚੀਜ਼ ਮੇਨ ਹੋਰ ਚੀਜ਼ ਲੈ ਕੇ, ਅਸੀਂ GPS ਸਿਸਟਮ ਲੈ ਕੇ ਆ ਰਹੇ ਹਾਂ ਜੀ, ਬੜੀ ਵਧੀਆ ਟੈਕਨੋਲੋਜੀ ਹੈ, ਉਹ ਪਤਾ ਵੀ ਨਹੀਂ ਲੱਗਦਾ, ਹਰੇਕ ਪੈਨਲ ਦੇ ਡੱਬੀ ਦੇ ਵਿੱਚ ਫਿੱਟ ਹੋ ਜਾਂਦਾ GPS ਸਿਸਟਮ ਹੈ। ਤੁਹਾਡੇ ਮੰਨ ਲਓ ਕਿ ਪੈਨਲ ਚੋਰੀ ਹੋ ਗਿਆ, ਪੈਨਲ ਦਾ ਜਿਹੜਾ ਸੀਰੀਅਲ ਨੰਬਰ ਹੋਊਗਾ GPS ਸਾਰੇ ਪੈਨਲਾਂ ਦੇ ਵਿੱਚ GPS ਸਿਸਟਮ ਲਊਗਾ, ਇੱਕ ਛੋਟਾ ਜਿਹਾ ਪੁਰਜਾ ਆਉਂਦਾ। ਹੁਣ ਮੰਨ ਲਓ ਕਿ ਆਪਣਾ ਪੈਨਲ ਚੋਰੀ ਹੋ ਗਿਆ, ਆਪਾਂ ਨੂੰ ਪਤਾ, ਆਪਾਂ ਟਰੈਕ ਕਰ ਲਾਂਗੇ ਵੀ ਸਾਡਾ ਪੈਨਲ ਫਲਾਨੀ ਜਗ੍ਹਾ 'ਤੇ ਹੈ। ਇਹ ਦੋ ਤਰੀਕੇ ਜਿਹੜੇ ਚਲੋ ਸੁਭਾਵਿਕ ਤਰੀਕੇ ਨੇ, ਜਿਹੜੇ ਆਮ ਨੋਰਮਲ ਵੀ ਆਪਾਂ ਬੈਲਟ ਕਰਾ ਕੇ ਵੀ ਬਚਾ ਸਕਦੇ ਹਾਂ। ਬਸ ਥੋੜ੍ਹਾ ਜਿਹਾ ਉਹਦਾ ਖਰਚਾ ਕੋਈ ਜ਼ਿਆਦਾ ਨਹੀਂ ਹੋਊਗਾ, ਥੋੜ੍ਹਾ ਬਹੁਤਾ ਹੀ ਹੋਊਗਾ, ਜਿਹੜਾ ਹਰੇਕ ਪੈਨਲ ਦੇ ਵਿੱਚ ਅਸੀਂ GPS ਦੇਵਾਂਗੇ, ਖਰਚਾ ਕਰਕੇ ਤੇ ਆਪਾਂ ਵੱਡਾ ਜਿਹੜਾ ਨੁਕਸਾਨ ਹੋਣ ਤੋਂ ਬਚਾ ਸਕਦੇ ਹਾਂ। ਦੇਖੋ 2.5-3-4-5 ਲੱਖ ਦਾ ਨੁਕਸਾਨ, 10 ਦੀ ਮੋਟਰ ਹੈ ਉਹ 4-4.5 ਲੱਖ ਦੀ ਲੱਗਦੀ ਹੈ, ਉਹਦੇ ਨਾਲ ਤਾਂ 5-10 ਹਜ਼ਾਰ ਤੁਸੀਂ ਐਕਸਟਰਾ ਲਾ ਦਿਓਗੇ ਤਾਂ ਉਹ ਦੁਖਦਾ ਨਹੀਂ, ਉਹ ਤਾਂ ਲੰਮਾ ਟਾਈਮ ਲਈ ਤੁਹਾਡੇ ਲਈ ਇੱਕ ਰਾਖੀ ਹੋ ਗਈ ਹੈ ਨਾ ਉਹਦੀ। ਚਲੋ ਜੇ ਕੋਈ ਨਹੀਂ ਵੀ GPS ਜਿਹੜਾ ਬੰਦਾ ਨਹੀਂ ਲਵਾ ਸਕਦਾ ਜਾਂ ਕਿਵੇਂ ਵੀ ਨਹੀਂ ਲਵਾਉਂਦਾ, ਉਹ ਕੋਈ ਜ਼ਿਆਦਾ ਮਹਿੰਗਾ ਨਹੀਂ ਹੋਊਗਾ ਕੋਈ ਉਹ ਖੁੱਲ੍ਹ ਜਾਂਦੀ ਹੈ ਮੋਟਰ। ਇਹਦਾ ਕੋਈ ਸਵੇਰ ਦਾ ਅਤੇ ਸ਼ਾਮ ਦਾ ਦੁਪਹਿਰ ਦਾ ਡਿਫਰੈਂਸ ਹੁੰਦਾ? ਬਿਲਕੁਲ ਹੁੰਦਾ ਜੀ, ਕਿਉਂਕਿ ਇਹ ਸੀਨ ਇਹ ਸੂਰਜ 'ਤੇ ਚੱਲਣਾ ਨਾ, ਜਿਹੜੀ ਇੱਕ ਗ੍ਰੀਨ ਐਨਰਜੀ ਹੈ, ਹੁਣ ਸੂਰਜ ਜਿੰਨੀ ਗਰਮੀ ਹੋਊਗੀ ਵਧੀਆ ਸੂਰਜ ਹੋਊਗਾ, ਇਹ ਪਾਣੀ ਵਧੀਆ ਕੱਢੂਗੀ। ਸੁਬਹਾ ਮੰਨ ਕੇ ਚੱਲੋ ਕਿ ਇਹ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਨੋਰਮਲ ਪਾਣੀ ਦੇਊਗੀ ਜੀ, ਸ਼ਾਮ ਨੂੰ 4:30 ਤੋਂ 5:30-5 ਵਜੇ ਤੱਕ ਨੋਰਮਲ ਪਾਣੀ ਘੱਟ ਜੂਗਾ ਪਾਣੀ, ਕਿਉਂਕਿ ਇਹ ਸੂਰਜ 'ਤੇ ਚੱਲਣਾ ਜਿਹੜੀ ਚੀਜ਼ ਨੇ। 8 ਘੰਟੇ ਦਾ ਲਗਾਤਾਰ ਪੂਰਾ ਵੀਰੇ ਇਹ ਪਾਣੀ ਪ੍ਰੈਸ਼ਰ ਨਾਲ ਦਿੰਦੀ ਹੈ, ਉਹ 1.5 ਘੰਟਾ ਉਹ ਕੱਢ ਦਿਓ ਸ਼ਾਮ ਵਾਲਾ ਵੀ, ਜਿਹੜਾ ਮਤਲਬ ਧੁੱਪ ਘੱਟ ਹੁੰਦੀ ਹੈ ਪਾਣੀ ਘੱਟਦਾ। ਹੁਣ ਜਿਵੇਂ 3 ਵਜਣ ਵਾਲੇ ਹੈਗੇ ਜੀ, ਆਹ ਪਾਣੀ ਦਾ ਥੋੜ੍ਹਾ ਥੋੜ੍ਹਾ ਫਲੋ ਦਾ ਫਰਕ ਹੈ, ਕਿਉਂਕਿ ਇਹ ਥੋੜ੍ਹਾ ਹਜੇ ਚਲੋ ਮੌਸਮ ਠੰਡਾ ਹੈਗਾ ਜੀ, ਤਾਂ ਗਰਮੀ ਦੇ ਵਿੱਚ ਜਦੋਂ ਆਪਾਂ ਝੋਨਾ ਲਾਉਣਾ ਲੋੜ ਆਪਾਂ ਨੂੰ ਪਾਣੀ ਦੀ, ਤਾਂ ਉਦੋਂ ਤਾਂ 6:30 ਵਜੇ ਚੱਲ ਪੈਂਦੀ ਹੈ ਮੋਟਰ, ਇੰਨੀ ਕੁ ਵਧੀਆ, ਨਾ ਆਪਾਂ ਨੂੰ ਕੋਈ ਲੈਟ ਲੀਕਣੀ ਪਵੇ। ਹੁਣ ਆਹ ਦੇਖ ਲਓ ਆਪਣੇ ਆਉਂਦੇ ਨੂੰ ਚੱਲੀ ਜਾਂਦੀ ਸੀ, ਇਹਨੂੰ ਫਿਕਰ ਤਾਂ ਨਹੀਂ ਨਾ ਆਪਣਾ ਬੰਦੀ ਆ ਜੇ ਜੀ, ਹੁਣ ਆਪਣੇ ਨਹਿਰਾਂ 'ਚ ਹੁਣ ਮੰਨ ਲਓ ਕਿ ਗਰਮੀ ਵੇਲੇ ਨਹਿਰਾਂ ਬਣਦੀਆਂ, ਬੰਦੀ ਆ ਜਾਂਦੀ ਹੈ, ਕਿੰਨੇ ਔਖੇ ਹੁੰਦੇ ਨੀਰ, ਪਹਿਲਾਂ ਤਾਂ ਆਪਾਂ ਨੂੰ ਪੱਠੇ ਚਾਰੇ ਦਾ ਕਿੰਨਾ ਸਭ ਤੋਂ ਵੱਡੀ ਸਮੱਸਿਆ ਪੱਠੇ ਦੀ ਹੈ, ਤਾਂ ਉਹਦੀ ਸਮੱਸਿਆ ਹੋ ਜਾਂਦੀ ਬਾਈ ਜੀ, ਲੋੜ ਹੀ ਨਹੀਂ, ਆਹ ਤੁਹਾਡੇ ਸਾਹਮਣੇ ਚੱਲੀ ਜਾਂਦਾ ਸੁਰਗ ਹੈ। ਲੈ ਬਾਈ ਤੁਹਾਡੇ ਤੋਂ ਥਰੈਟੀਕਲੀ ਜਾਣਕਾਰੀ ਵੀ ਲੈ ਲਈ, ਬਿਲਕੁਲ ਤੇ ਪ੍ਰੈਕਟੀਕਲੀ ਵੀ ਲੈ ਲਈ, ਅਸੀਂ ਤਾਂ ਬਣਾ ਲਿਆ ਮਾਣ। ਹੁਣ ਇੱਕ ਗੱਲ ਮਾਨ ਸਾਹਿਬ ਹੋਰ ਪੁੱਛਦੇ ਆ, ਦੱਸੋ ਵੀ ਆ ਵੀਰਾ ਮੈਨੂੰ ਕਹਿੰਦਾ ਸੀ ਰਸਤੇ 'ਚ ਆਉਂਦਾ ਜੀ, ਇਹ ਕਹਿੰਦਾ ਵੀ ਬਾਈ ਨੂੰ ਪੁੱਛੀ ਵੀ ਸਾਰਿਆਂ ਵਾਸਤੇ ਰੇਟ ਇੱਕੋ ਹੀ ਆ। ਹਾਂ ਦੇਖੋ ਜੀ, ਜਿਹੜਾ ਰੇਟ ਆ ਉਹ ਸਾਡਾ ਫਿਕਸ ਰੇਟ ਆ, ਥੋੜ੍ਹਾ ਬਹੁਤ ਆ ਕੋਈ ਘੱਟ ਜਾਂਦਾ, ਜਿਵੇਂ ਹੁਣ ਸਕੀਮਾਂ 'ਚ ਹੈ ਨਾ, ਇੱਕ ਸਕੀਮ 'ਚ ਹੈ ਜੇ ਤੁਹਾਨੂੰ ਦੱਸਿਆ 5 ਮੋਟਰ ਦਾ 1.85 ਹੈ, ਉਹ 'ਚ ਵੇਟਿੰਗ ਹੈ 20-25 ਦਿਨਾਂ ਦੀ, ਕਿਉਂ ਵੇਟਿੰਗ ਹੈ ਉਹ ਵੀ ਦੱਸ ਦਿੰਦਾ, ਕਿਉਂਕਿ ਉਹ ਸਾਡੇ ਕੋਲ ਇਕੱਠੇ ਕਨੈਕਸ਼ਨ ਭਰੇ ਜਾਂਦੇ, ਪਰ ਅਸੀਂ ਇਕੱਠਾ ਸਮਾਨ ਪਰਚੇਜ ਕਰਦੇ ਹਾਂ, ਉਹ ਸਾਨੂੰ ਘੱਟ ਜਿਹੜੀ ਕੀਮਤ ਵੱਲੋਂ ਮਿਲਦਾ। ਜਿਹੜਾ ਨਾਲ ਦੀ ਨਾਲ ਲੈਣਾ, ਜਿਵੇਂ ਲੂਬੀ ਦਾ ਲੈਣਾ ਤੁਸੀਂ, ਲੂਬੀ ਬ੍ਰਾਂਡ ਆ, ਇੱਕ ਅਲੱਗ ਬ੍ਰਾਂਡ 'ਚ ਆ ਗਿਆ, ਲੂਬੀ ਆ ਗਿਆ, ਕਲੋਸਕਰ ਆ ਗਿਆ, ਸਾਤਵਿਕ ਆ ਗਿਆ, ਇਹ ਹੈਗੀ 2,20,000 ਦੀ, ਪਰ ਇਹ ਤੁਸੀਂ ਅੱਜ ਹੋ ਗਈ ਤਰੀਕ ਮੇਰੇ ਹਿਸਾਬ ਨਾਲ 2 ਮਾਰਚ, ਇਹ 10 ਮਾਰਚ ਤੱਕ ਇੰਨੇ ਕੁ ਰੇਟ ਉਹ ਹਾਈ ਹੋ ਜਾਣੇ ਆ ਮੇਰੇ ਹਿਸਾਬ ਨਾਲ, ਇਹਦਾ 20,000 ਰੁਪਈਆ ਵੱਧ ਜਾਣਾ, ਕਿਉਂਕਿ ਅੱਜ ਇਹਨਾਂ ਯੂਕਰੇਨ ਦੇ ਵਿੱਚ ਜਿਵੇਂ ਜੰਗ ਲੱਗਿਆ ਹੋਇਆ,
ਇਹਦੇ ਕਰਕੇ ਵੀ ਜਿਹੜਾ ਮਾਰਕੀਟ ਦੇ ਵਿੱਚ ਫਰਕ ਪੈ ਗਿਆ ਪੈਂਦਾ ਹਨਾ, ਇਹਨਾਂ ਚੀਜ਼ਾਂ ਨਾਲ ਫਰਕ ਪੈ ਗਿਆ। ਜਿਹੜੇ ਰੇਟ ਆ ਰੋਜ਼ ਦੇ 50-60 ਪੈਸੇ ਰੇਟ ਆ ਜਿਹੜੇ ਪੈਨਲ ਦੇ ਵਾਟ ਮਗਰ ਵੱਧ ਜਾਂਦੇ ਆ। ਅੱਜ ਜਿਹੜਾ ਲੁੱਬੀ ਦਾ ਰੇਟ ਆ 21-22 ਰੁਪਏ ਵਾਟ ਦਾ ਰੇਟ ਹੋ ਗਿਆ, ਮਤਲਬ ਕਿ ਇੰਨਾ ਕੁ ਹਰ ਰੋਜ਼ ਰੇਟ ਵੱਧ ਰਿਹਾ, ਤਾਂ ਉਹ ਰੇਟ ਜਿਹੜੇ ਅੱਗੇ ਵੀ ਵੱਧ ਸਕਦੇ ਆ। ਇਹ ਬਾਈ ਜਿਹੜੇ ਆਪਾਂ ਪੈਸੇ ਲੈਂਦੇ ਹਾਂ ਜੀ ਜੀ, ਇਹ ਐਡਵਾਂਸ ਪੇਮੈਂਟ ਹੁੰਦੀ ਸਾਰੀ ਕਿਸ਼ਤ ਪੇਮੈਂਟ ਹੋ ਜਾਂਦੀ? ਨਹੀਂ, ਇਹਦੀ ਕਿਸ਼ਤ ਵਾਲਾ ਕੰਮ ਨਹੀਂ ਹੁੰਦਾ ਬ੍ਰਦਰ, ਕਿਉਂਕਿ ਇਹ ਮਹਿੰਗੀਆਂ ਚੀਜ਼ਾਂ ਨੇ, ਇਹ 'ਚ ਕੋਈ ਕਿਸ਼ਤ ਵਾਲਾ ਨਾ ਹੀ ਤਾਂ ਬੈਂਕ ਕੋਈ ਫਾਇਨਾਂਸ ਕਰਦਾ। ਜੀ ਜੀ ਜੀ। ਦੂਸਰੀ ਗੱਲ, ਸਿਬਲ ਸੁਬਲਾਂ ਦੇ ਬੜੇ ਦਿੱਕਤ ਆਉਂਦੀ, ਅਸੀਂ ਇੱਕ ਵਾਰੀ ਕੀਤਾ ਸੀ ਇਹ ਸਿਸਟਮ, ਕਿਉਂਕਿ ਬੈਂਕ ਇਹਨਾਂ ਚੀਜ਼ਾਂ 'ਤੇ ਫਾਇਨਾਂਸ ਨਹੀਂ ਕਰਦਾ। ਜੇ ਘਰ ਵਾਲੇ 'ਤੇ ਲੱਗਿਆ ਉਸ 'ਤੇ ਫਾਇਨਾਂਸ ਬੈਂਕ ਕਰ ਦਿੰਦਾ, ਉਸ 'ਤੇ 80% ਫਾਇਨਾਂਸ ਕਰ ਦਿੰਦਾ। ਘਰੇ ਚੀਜ਼ ਲੱਗੀ, ਜਿਵੇਂ ਹੁਣ ਪੈਨਲ ਘਰੇ ਲੱਗੇ ਆਪਣੇ ਔਨ ਗ੍ਰਿਡ, ਉਸ 'ਤੇ ਫਾਇਨਾਂਸ ਕਰ ਦਿੰਦਾ। ਕਿਉਂ? ਕਿਉਂਕਿ ਉਹ ਘਰੇ ਉਹ ਸੇਫਟੀ ਆ ਉਹਦੀ, ਚੋਰੀ ਨਹੀਂ ਹੁੰਦਾ। ਬਾਹਰ ਚੋਰੀ ਹੋ ਗਿਆ ਉਸ ਚੀਜ਼ ਨੂੰ ਬੜਾ ਦਿੱਕਤ ਆ ਉਹਨਾਂ ਲਈ, ਤਾਂ ਉੱਥੇ ਫਾਇਨਾਂਸ, ਉਹਨਾਂ ਦਾ ਸਾਰਾ ਪੈਸਾ ਡੁੱਬ ਜਾਂਦਾ ਕੰਪਨੀ ਦਾ। ਸਾਰੀ ਪੇਮੈਂਟ ਕੈਸ਼ ਆ, ਸਾਰੀ ਪੇਮੈਂਟ ਕੈਸ਼ ਆ। ਐਡਵਾਂਸ ਹੁੰਦੀ ਹੈ ਜਿਵੇਂ ਵੀ ਜਿਹੜਾ ਟਾਈਮ ਦਿੱਤਾ ਇਹਨਾਂ ਮੌਕੇ 'ਤੇ ਉਸ ਹਿਸਾਬ ਨਾਲ ਲਾ ਜਾਂਦਾ, ਥੋੜ੍ਹਾ ਬਹੁਤਾ ਟਾਈਮ ਦਾ ਦਿੱਕਤ ਹੋ ਜਾਂਦੀ। ਮੇਰੀ ਗੱਲ ਤੁਸੀਂ, ਮੇਰੀ ਗੱਲ ਹੀ ਸਮਝੋ, ਮੈਂ ਤੁਹਾਨੂੰ ਐਂ ਪੁੱਛਦਾ ਸੀ ਕਈ ਵਾਰੀ ਕੋਈ ਬੰਦਾ ਜਾਣਕਾਰ ਹੋਵੇ ਸਾਡੇ ਵਰਗਾ ਸਾਹਿਬ, ਚਲੋ ਦੇਖੋ ਕੋਈ ਗੱਲ ਨੀ, ਜਿੱਥੇ ਮੂੰਹ ਮੱਥਾ ਹੁੰਦਾ ਉੱਥੇ ਤਾਂ ਚਲੋ ਕੁਛ ਨਾ ਕੁਛ ਕਰਨਾ ਪੈਂਦਾ, ਜਰੂਰੀ ਨੀ। ਹੁਣ ਆਪਾਂ ਵੀਡੀਓ ਦੇ ਵਿੱਚ ਘਵਾ ਲਿਆ ਮਨਦੀਪ ਬਾਈ ਤੋਂ, ਘਵਾ ਲਿਆ ਤੇ ਹੁਣ ਆਪਾਂ ਮੋਟਰ ਲਵਾ ਲਈਏ, ਆਪਾਂ ਜਾਣਕਾਰੀ ਵੀ ਲੈ ਲਈ ਬਾਈ ਤੋਂ। ਕੋਈ ਗੱਲ ਨੀ, ਜਿੰਨਾ ਮਾਨਤਾ ਜ਼ਰੂਰ। ਠੀਕ ਹੈ ਬਾਈ ਜੀ, ਬਹੁਤ ਧੰਨਵਾਦ, ਠੀਕ ਹੈ ਬਾਈ, ਬਹੁਤ ਵਧੀਆ ਜਾਣਕਾਰੀ, ਥੈਂਕ ਯੂ। ਸੋ ਮੈਂ ਸਾਡੇ ਸਰੋਤਿਆਂ ਨੂੰ ਵੀ ਇਹੀ ਜਾਣਕਾਰੀ ਦੇਣੀ ਚਾਹੁੰਦਾ ਕਿ ਦੇਖੋ ਸਮੇਂ ਦੀ ਇੱਕ ਲੋੜ ਹੁੰਦੀ ਆ, ਇੱਕ ਮੰਗ ਹੁੰਦੀ ਆ ਸਮੇਂ ਦੀ। ਅੱਜ ਦੇ ਸਮੇਂ ਦੀ ਲੋੜ ਆ ਜਿਹੜਾ ਇਹ ਸੋਲਰ ਸਿਸਟਮ ਆ, ਚਾਹੇ ਅਸੀਂ ਘਰੇ ਲਵਾ ਰਹੇ ਹਾਂ ਚਾਹੇ ਅਸੀਂ ਆਪਣੇ ਖੇਤਾਂ ਦੇ ਵਿੱਚ ਲਵਾ ਰਹੇ ਹਾਂ, ਕਿਉਂਕਿ ਸਾਨੂੰ ਸਰਕਾਰੀ ਕਨੈਕਸ਼ਨ ਮੋਟਰਾਂ ਦੇ ਮਿਲ ਨਹੀਂ ਰਹੇ, ਡੀਜ਼ਲ ਮਹਿੰਗੇ ਹੋ ਗਏ, ਫਸਲ ਅਸੀਂ ਹਰ ਹਾਲ ਦੇ ਵਿੱਚ ਪਾਲਣੀ ਪਾਲਣੀ ਆ। ਸਾਡੇ ਕੋਲ ਇੱਕ ਸੁਨਹਿਰੀ ਮੌਕਾ, ਨਾਲੇ ਕਹਿੰਦੇ ਹੁੰਦੇ ਜਦੋਂ ਕੋਈ ਸ਼ੁਰੂ ਸ਼ੁਰੂ ਦੇ ਵਿੱਚ ਕੰਮ ਕਰ ਲਈਏ ਨਾ, ਐਂਡ 'ਤੇ ਜਾ ਕੇ ਦਿੱਕਤਾਂ ਨਹੀਂ ਆਉਂਦੀਆਂ। ਸੋ ਅਸੀਂ ਤਾਂ ਬਾਈ ਨਾਲ ਕਰ ਲਈ ਹੈ ਗੱਲ, ਅਸੀਂ ਤਾਂ ਮੋਟਰ ਲਵਾਉਣੀ ਪੱਕੀ। ਅਤੇ ਲੈ ਮਿੱਤਰੋ ਹੁਣ ਤੁਸੀਂ ਵੀ ਆ ਜਾਓ ਬਠਿੰਡੇ ਬਾਈ ਜੀ, ਇੱਕ ਵਾਰੀ ਮਾੜਾ ਜਿਹਾ ਆਪਣਾ ਮੈਂ ਦੱਸ ਦਿੰਦਾ ਜੀ, ਆਪਣਾ ਜਿਹੜਾ ਫਰਮ ਦਾ ਨਾਂ ਹੈਗਾ, ਆਪਣੀ ਕੰਪਨੀ ਹੈ ਜਿਹੜੀ ਉਹ ਦੇਵ ਸੋਲਰ ਪ੍ਰਾਈਵੇਟ ਲਿਮਿਟਡ ਦੇ ਨਾਂ 'ਤੇ ਆ। ਉਹ ਪੂਰਾ ਪੰਜਾਬ ਨਹੀਂ, ਪੂਰਾ ਹਰਿਆਣਾ ਰਾਜਸਥਾਨ ਦੇ ਵਿੱਚ ਪੂਰੀ ਫੇਮਸ ਕੰਪਨੀ ਆ ਆਪਣੀ ਦੇਵ ਸੋਲਰ ਪ੍ਰਾਈਵੇਟ ਲਿਮਿਟਡ ਅਤੇ ਪੰਜਾਬ ਸੋਲਰ ਐਨਰਜੀ। ਇਹਦਾ ਜਿਹੜਾ ਸਾਡਾ ਹੈੱਡ ਆਫਿਸ ਆ ਉਹ ਬਠਿੰਡਾ ਨਾਮਦੇਵ ਰੋਡ ਗਲੀ ਨੰਬਰ 3 'ਤੇ, ਸਾਡੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਉਹ, ਚਲੋ ਇਹ ਆਪਦੀ ਸਕਰੀਨ 'ਤੇ ਵੀਡੀਓ ਪਾ ਹੀ ਰਹੇ ਅਤੇ ਆਪਦੀ ਸਕਰੀਨ 'ਤੇ ਦੇ ਦੇਣਗੇ ਸਾਡੀਆਂ ਕਿੱਥੇ ਕਿੱਥੇ, ਜਿਵੇਂ ਫਰੀਦਕੋਟ ਨੇੜੇ ਬ੍ਰਾਂਚ ਆ ਗਈ, ਝੁਨੀਰ ਆ ਗਈ, ਮੱਖੂ ਆ ਗਈ, ਹੋਰ ਕਾਫੀ ਬ੍ਰਾਂਚਾਂ ਨੇ, ਇਹ ਤੁਹਾਨੂੰ ਸਕਰੀਨ 'ਤੇ ਪਤਾ ਲੱਗ ਜੂਗਾ। ਤੁਸੀਂ ਜਿਹੜੇ ਵੀ ਕਿਸਾਨ ਵੀਰ ਨੇ ਮੋਟਰ ਲਵਾਉਣੀ ਹੋਵੇ ਤਾਂ ਸਾਡੇ ਦਿੱਤੇ ਹੋਏ ਨੰਬਰਾਂ 'ਤੇ, ਸਾਡੇ ਜਿਵੇਂ ਆਦੇਸ਼ ਸੋਲਰ ਪ੍ਰਾਈਵੇਟ ਲਿਮਿਟਡ ਦੇ ਨਾਂ 'ਤੇ ਯੂਟਿਊਬ ਦੇ ਉੱਤੇ ਵੀ ਪੇਜ ਬਣੇ ਹੋਏ ਨੇ ਔਰ ਫੇਸਬੁੱਕ ਦੇ ਵੀ ਬਣੇ ਹੋਏ ਨੇ, ਉਹ ਤੁਸੀਂ ਉੱਥੇ ਸਰਚ ਮਾਰ ਸਕਦੇ ਹੋ। ਇੱਕ ਕਿਸਾਨ ਵੀਰਾਂ ਨੂੰ ਮੈਂ ਹੋਰ ਲਾਸਟ 'ਤੇ ਬੇਨਤੀ ਕਰਨਾ ਚਾਹੁੰਦਾ ਕਿ ਅਫਵਾਹਾਂ ਤੋਂ ਬਚਿਆ ਕਰੋ, ਬੜੀਆਂ ਅਫਵਾਹਾਂ ਚੱਲਦੀਆਂ ਹੁੰਦੀਆਂ ਕਿ ਫਲਾਨਾ ਆਹ ਚੰਗੇ ਨਹੀਂ ਪੈਨਲ ਲਾਉਂਦਾ, ਫਲਾਨਾ ਆਹ ਲਾ ਦਿੰਦਾ। ਕੋਈ ਵੀ ਬਿਜ਼ਨਸਮੈਨ ਆ, ਕੋਈ ਵੀ ਅੱਜ ਕਾਰੋਬਾਰ ਕਰਦਾ, ਉਹ ਕਦੇ ਵੀ ਆਪਦੀ ਬਦਨਾਮੀ ਨਹੀਂ ਕਰਾਉਂਦਾ ਹੁੰਦਾ, ਕਦੇ ਮਾੜੀ ਚੀਜ਼ ਨਹੀਂ ਦਿੰਦਾ ਹੁੰਦਾ। ਸਭ ਜਿੰਨੇ ਵੀ ਮੇਰੇ ਭਰਾ ਮੇਰੇ ਕੰਮ ਕਰਦੇ ਨੇ ਜਾਂ ਕਿੰਨੀਆਂ ਵੀ ਕੰਪਨੀਆਂ ਨੇ ਸੋਲਰ ਦੇ ਵਿੱਚ, ਉਹ ਬਹੁਤ ਚੰਗਾ ਕੰਮ ਕਰਦੀਆਂ ਨੇ। ਉਹ ਹਰੇਕ ਲਈ ਆਪਣਾ ਬਿਜ਼ਨਸ ਵਧਾਉਣਾ ਹੁੰਦਾ ਤਾਂ ਉਹ ਚੰਗਾ ਕਦੇ ਮਾੜੀ ਚੀਜ਼ ਨਹੀਂ ਲਾਉਂਦਾ ਹੁੰਦਾ, ਤਾਂ ਬਸ ਅਫਵਾਹਾਂ ਤੋਂ ਬਚਿਆ ਕਰੋ। ਸਤਿ ਸ਼੍ਰੀ ਅਕਾਲ ਜੀ, ਮੇਰੇ ਨੂੰ ਆਦੇਸ਼ ਸੋਲਰ ਪ੍ਰਾਈਵੇਟ ਲਿਮਿਟਡ ਬਠਿੰਡਾ। ਸੋ ਦੋਸਤੋ, ਮੇਰੇ ਵੱਲੋਂ ਵੀ ਸਾਡੀ ਅੱਜ ਦੀ ਇਸ ਵੀਡੀਓ ਨੂੰ ਦੇਖ ਰਹੇ ਬਹੁਤ ਸਾਰੇ ਦਰਸ਼ਕ, ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸੋ ਦੋਸਤੋ, ਆਓ ਇੱਕ ਵਾਰੀ ਦੇਖੋ, ਜਾਣਕਾਰੀ ਲਓ, ਪਰਖੋ ਅਤੇ ਫਿਰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ। ਧੰਨਵਾਦ।